ਪੰਜਾਬ ਵਿੱਚ ਕਾਫੀ ਲੰਬੇ ਸਮੇਂ ਤੋਂ ਗੈਂਗਸਟਰਾਂ ਦਾ ਬੋਲਬਾਲਾ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਅਪਰਾਧਿਕ ਵਾਰਦਾਤਾਂ ਕਰਨ ਵਾਲਿਆਂ ਨੂੰ ਫੜਨ ਵਿੱਚ ਜੁਟਿਆ ਹੋਇਆ ਹੈ। ਇਸ ਵਾਰ ਵੀ ਫਰੀਦਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ, ਜਿਸ ਵਿੱਚ ਪੁਲਿਸ ਨੇ 1.5 ਮਹੀਨੇ ਪਹਿਲਾਂ ਹੀ ਜ਼ਮਾਨਤ ਤੇ ਆਏ ਗੈਂਗਸਟਰ ਕਾਲਾ ਸੇਖੋ ਨੂੰ ਸਾਥੀਆਂ ਸਮੇਤ ਕਾਬੂ ਕੀਤਾ ਹੈ, ਜਦੋਂ ਕਿ ਉਸ ਦਾ ਇੱਕ ਹੋਰ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਕਾਲਾ ਸੇਖੋ ਗੈਂਗਸਟਰ ਕਾਕਾ ਨੇਪਾਲੀ ਗੈਂਗ ਵੱਲੋਂ ਸੰਬੰਧਿਤ ਦੱਸਿਆ ਜਾ ਰਿਹਾ ਹੈ। ਇਸ ਉੱਤੇ ਪਹਿਲਾਂ ਵੀ ਕਰੀਬ 10 ਮੁਕਦਮੇ ਦਰਜ ਹੈ। ਇਹ ਫਰੀਦਕੋਟ ਵਿੱਚ ਹੀ ਬਹੁਤ ਵੱਡਾ ਡਾਕਾ ਪਾਉਣ ਦੀ ਫਿਰਾਕ ਵਿੱਚ ਸਨ। ਪੁਲਿਸ ਨੇ ਇਸ ਕੋਲੋਂ ਇੱਕ 32 ਬੋਰ ਪਿਸਟਲ ਅਤੇ ਹੋਰ ਤੇਜ਼ਦਾਰ ਹਥਿਆਰ ਬਰਾਮਦ ਕੀਤੇ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਫਰੀਦਕੋਟ ਦੇ SPD ਸੇਵਾ ਸਿੰਘ ਮੱਲੀ ਨੇ ਪ੍ਰੈਸ ਵਾਰਤਾ ਕਰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਮਨਿੰਦਰ ਸਿੰਘ ਕਾਲਾ ਸੇਖੋਂ ਹੈਗਾ, ਫਰੀਦਕੋਟ ਦਾ ਰਹਿਣ ਵਾਲਾ। ਇਹ ਨੇਪਾਲੀ ਇੱਕ ਗੈਂਗਸਟਰ ਹੈਗਾ, ਉਹ ਜੇਲ੍ਹ 'ਚ ਅੱਜ ਕੱਲ੍ਹ ਉਹਦਾ ਸਾਥੀ ਸੀਗਾ ਅਤੇ ਇਹਦੇ 'ਤੇ 10 ਦੇ ਕਰੀਬ ਕੇਸ ਦਰਜ ਨੇ ਵੱਖ ਵੱਖ ਸਕੀਮ ਜੁਰਮਾਂ ਦੇ, ਅਤੇ ਇਹ ਕਰੀਬ 1.5 ਮਹੀਨੇ ਪਹਿਲਾਂ ਜਮਾਨ 'ਤੇ ਆਇਆ ਸੀਗਾ। ਆ ਕੇ ਇਹਨੇ ਫਿਰ ਆਪਣਾ ਇੱਕ ਨਵਾਂ ਗਰੁੱਪ ਤਿਆਰ ਕੀਤਾ। ਇਹਨਾਂ ਦਾ ਇਹ ਸੀ ਕੋਈ ਨਾ ਕੋਈ ਵੱਡੀ ਵਾਰਤਾ ਕਰਨ ਦੀ ਸੰਭਾਵਨਾ, ਪਰ ਸਾਡੇ SPO ਸਾਹਿਬ ਜਿਹੜੇ ਸਦਰ ਨੇ, ਇਹਨਾਂ ਨੇ ਟਾਈਮ ਸਿਰ ਇਹਨਾਂ ਨੂੰ ਡਾਕਾ ਮਾਲ ਦੀ ਤਿਆਰੀ ਕਰਦੇ ਗ੍ਰਿਫਤਾਰ ਕੀਤਾ। ਇਹਨਾਂ ਕੋਲ 32 ਬੋਰ ਦਾ ਇੱਕ ਪਿਸਟਲ, 4 ਰਾਊਂਡ, 1 ਕਿਰਚ, 1 ਕਾਪਾ ਮਿਲਿਆ। ਦੋ ਸਾਥੀ ਦੇ ਨਾਲ ਗ੍ਰਿਫਤਾਰ ਕੀਤੇ ਗਏ, 1 ਭੱਜਣ ਵਿੱਚ ਕਾਮਯਾਬ ਹੋ ਗਿਆ। ਫਰੀਦਕੋਟ ਤੋਂ ਜਗਤਾਰ ਦੋਸਾਂ, ਜੀਵੇ ਪੰਜਾਬ TV।